ਦੋਸਤੋ ਅੱਜ ਹਰ ਸਿੰਗਰ ਪੰਜਾਬੀ ਫਿਲਮਾਂ ਵਾਲੇ ਪਾਸੇ ਰੁੱਖ ਕਰ ਰਿਹਾ ਉਹਨਾਂ ਲਈ ਆਸਾਨ ਵੀ ਹੋ ਜਾਂਦਾ ਕਿਉਂਕਿ ਉਹ ਸਿੰਗਿੰਗ ਦੇ ਵਿੱਚੋਂ ਆਉਂਦੇ ਅਤੇ ਉਹਨਾਂ ਦੀ ਸਿੰਗਿੰਗ ਦੇ ਵਿੱਚ ਕਾਫੀ ਜ਼ਿਆਦਾ ਫੈਨ ਫੋਲੋਇੰਗ ਹੁੰਦੀ ਆ ਪਰ ਇੱਕ ਮੁੰਡਾ ਜਿਨ੍ਹਾਂ ਦੀ ਕਿ ਬਿਲਕੁਲ ਵੀ ਫੈਨ ਫੋਲੋਇੰਗ ਨਹੀਂ ਸੀ ਪਰ ਉਹ ਆਪਣੀ ਐਕਟਿੰਗ ਦੇ ਦਮ 'ਤੇ ਆਪਣੇ ਟੈਲੈਂਟ ਦੇ ਦਮ 'ਤੇ ਲੋਕਾਂ ਦੇ ਦਿਲਾਂ ਦੇ ਉੱਪਰ ਆਪਣੀ ਐਕਟਿੰਗ ਦੀ ਛਾਪ ਉਹ ਛੱਡ ਚੁੱਕੇ ਆ ਦੋਸਤੋ ਅੱਜ ਆਪਾਂ ਇਸ ਵੀਡੀਓ ਰਾਹੀਂ ਹਰੀਸ਼ ਵਰਮਾ ਦੀ ਗੱਲ ਕਰਾਂਗੇ ਸੋ ਦੋਸਤੋ ਆਪਾਂ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਹਰੀਸ਼ ਵਰਮਾ ਕਿਵੇਂ ਐਕਟਿੰਗ ਦੇ ਵਿੱਚ ਆਏ ਅਤੇ ਕਿਹਨਾਂ ਨੇ ਹਰੀਸ਼ ਵਰਮਾ ਦੀ ਐਕਟਿੰਗ ਲੈਣ ਦੇ ਵਿੱਚ ਮਦਦ ਕੀਤੀ ਕਿਉਂਕਿ ਹਰੀਸ਼ ਵਰਮਾ ਬਿਲਕੁਲ ਨਵੇਂ ਸੀ ਸਧਾਰਨ ਪਰਿਵਾਰ ਦੇ ਵਿੱਚੋਂ ਆਏ ਸੀ ਪਰ ਉਹਨਾਂ ਨੇ ਆਪਣੀ ਐਕਟਿੰਗ ਦੇ ਦਮ 'ਤੇ ਇਸ ਰੇਸ ਦੇ ਵਿੱਚ ਆਪਣੇ ਤੋਂ ਵੱਡੇ ਵੱਡੇ ਐਕਟਰਾਂ ਨੂੰ ਪਿੱਛੇ ਛੱਡ ਦਿੱਤਾ ਸੋ ਇਸ ਤੋਂ ਪਹਿਲਾਂ ਕਿ ਆਪਾਂ ਹਰੀਸ਼ ਵਰਮਾ ਬਾਰੇ ਗੱਲ ਕਰੀਏ ਉਹਨਾਂ ਦੇ ਫੈਨਸ ਨੂੰ ਰਿਕੁਐਸਟ ਆ ਕਿ ਚਲਦੀ ਚਲਦੀ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰ ਦਿਓ ਅਤੇ ਹਰੀਸ਼ ਵਰਮਾ ਦੇ ਲਈ ਹਰੀਸ਼ ਵਰਮਾ ਜਿੰਦਾਬਾਦ ਜ਼ਰੂਰ ਲਿਖੋ ਪਤਾ ਲੱਗ ਜੂ ਕਿ ਹਰੀਸ਼ ਵਰਮਾ ਦੇ ਕਿੰਨੇ ਕੁ ਫੈਨ ਆ ਅਤੇ ਕਿੰਨਾ ਕੁ ਉਹਨਾਂ ਨੂੰ ਪਿਆਰ ਕਰਦੇ ਆ ਸੋ ਬਿਨਾਂ ਟਾਈਮ ਗਵਾਏ ਆਪਾਂ ਹਰੀਸ਼ ਵਰਮਾ ਬਾਰੇ ਗੱਲ ਕਰਦੇ ਹਾਂ ਦੋਸਤੋ ਹਰੀਸ਼ ਵਰਮਾ ਦਾ ਜਨਮ 11 ਅਕਤੂਬਰ 1982 ਨੂੰ ਜ਼ਿਲ੍ਹਾ ਰੋਪੜ ਪੰਜਾਬ ਦੇ ਵਿੱਚ ਹੋਇਆ ਹਰੀਸ਼ ਵਰਮਾ ਇੱਕ ਹਿੰਦੂ ਫੈਮਿਲੀ ਦੇ ਨਾਲ ਸੰਬੰਧ ਰੱਖਦੇ ਆ ਅਤੇ ਅੱਜ ਕੱਲ੍ਹ ਹਰੀਸ਼ ਵਰਮਾ ਮੋਹਾਲੀ ਦੇ ਵਿੱਚ ਰਹਿ ਰਹੇ ਆ ਤੁਸੀਂ ਜੋ ਹੁਣ ਪਿੱਕ ਦੇਖ ਰਹੇ ਹੋ ਉਹ ਉਹਨਾਂ ਦੀ ਮਦਰ ਦੀ ਪਿੱਕ ਆ ਹਰੀਸ਼ ਵਰਮਾ ਆਪਣੀ ਮਦਰ ਦੇ ਨਾਲ ਦਿਖਾਈ ਦੇ ਰਹੇ ਆ ਉਹਨਾਂ ਹੀ ਦੋਸਤੋ ਪਤਨੀ ਦਾ ਨਾਮ ਅਮਨ ਖਹਿਰਾ ਦੋਸਤੋ ਹਰੀਸ਼ ਵਰਮਾ ਦੀ ਐਕਟਿੰਗ ਦੀ ਸ਼ੁਰੂਆਤ ਹੁੰਦੀ ਆ ਨਾਟਕਾਂ ਰਾਹੀਂ ਜਦੋਂ ਉਹ ਪੰਜਾਬ ਤੋਂ ਬੰਬਈ ਦੇ ਵਿੱਚ ਸ਼ਿਫਟ ਹੋ ਗਏ ਅਤੇ ਉਹਨਾਂ ਨੇ ਲਗਭਗ 70 ਦੇ ਕਰੀਬ ਨਾਟਕ ਕੀਤੇ ਉਸ ਤੋਂ ਬਾਅਦ ਦੋਸਤੋ ਜਿਹੜੀ ਉਹਨਾਂ ਦੀ ਅਸਲੀ ਪਹਿਚਾਣ ਬਣੀ ਉਹ ਕਲਰ ਟੀਵੀ ਦੇ ਉੱਪਰ ਇੱਕ ਨਾਟਕ ਆਉਂਦਾ ਸੀ ਨਾ ਆਉਣਾ ਇਸ ਦੇਸ਼ ਲਾਡੋ ਨਾਮ ਦਾ ਇਹ ਨਾਟਕ ਸੀ ਅਤੇ ਇਸ ਦੇ ਵਿੱਚ ਅਵਤਾਰ ਨਾਮ ਦਾ ਇੱਕ ਕਿਰਦਾਰ ਹਰੀਸ਼ ਵਰਮਾ ਨੇ ਨਿਭਾਇਆ ਸੀ ਇਹ ਨਾਟਕ 2009 ਦੇ ਵਿੱਚ ਕਲਰ ਚੈਨਲ ਦੇ ਉੱਪਰ ਚੱਲਦਾ ਸੀ ਕਾਫੀ ਜ਼ਿਆਦਾ ਫੇਮਸ ਸੀਰੀਅਲ ਸੀ ਦੋਸਤੋ ਐਕਟਿੰਗ ਦੇ ਵਿੱਚ ਜਿਨ੍ਹਾਂ ਨੇ ਹਰੀਸ਼ ਵਰਮਾ ਦੀ ਸਭ ਤੋਂ ਜ਼ਿਆਦਾ ਮਦਦ ਕੀਤੀ ਉਹ ਸੀ ਗੁਰਸ਼ਰਨ ਸਿੰਘ ਕਿਉਂਕਿ ਗੁਰਸ਼ਰਨ ਸਿੰਘ ਨੇ ਹਰੀਸ਼ ਵਰਮਾ ਨੂੰ ਜੋ ਵੀ ਰੋਲ ਦਿੱਤਾ ਉਸ ਨੂੰ ਹਰੀਸ਼ ਵਰਮਾ ਨੇ ਪੂਰੀ ਮਿਹਨਤ ਦੇ ਨਾਲ ਨਿਭਾਇਆ ਅਤੇ ਉਸ ਸ਼ੋਅ ਨੂੰ ਕਾਮਯਾਬ ਵੀ ਬਣਾਇਆ ਸੋ ਕਹਿ ਸਕਦੇ ਹਾਂ ਕਿ ਗੁਰਸ਼ਰਨ ਸਿੰਘ ਹਰੀਸ਼ ਵਰਮਾ ਦਾ ਇੱਕ ਵਧੀਆ ਮਿੱਤਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਸਲਾਹਕਾਰ ਸੀ ਉਹਨਾਂ ਨੇ ਹਰੀਸ਼ ਵਰਮਾ ਨੂੰ ਉਹਨਾਂ ਦੀਆਂ ਐਕਟਿੰਗ ਦੀਆਂ ਬਰੀਕੀਆਂ ਸਿੱਖਣ ਦੇ ਵਿੱਚ ਵੀ ਮਦਦ ਕੀਤੀ ਦੋਸਤੋ ਬੰਬਈ ਦੇ ਵਿੱਚ ਆਪਣੇ ਨਾਟਕਾਂ ਰਾਹੀਂ ਕਾਮਯਾਬੀ ਦਾ ਝੰਡਾ ਗੱਡਣ ਤੋਂ ਬਾਅਦ ਹਰੀਸ਼ ਵਰਮਾ 2010 ਦੇ ਵਿੱਚ ਹਰੀਸ਼ ਵਰਮਾ ਨੇ ਪੰਜਾਬੀ ਫਿਲਮਾਂ ਦੇ ਵਿੱਚ ਐਂਟਰੀ ਕੀਤੀ ਉਹਨਾਂ ਦੀ ਪਹਿਲੀ ਫਿਲਮ ਸੀ ਪੰਜਾਬਣ ਜਿਸ ਦੇ ਵਿੱਚ ਕਿ ਮੇਨ ਰੋਲ ਦੇ ਵਿੱਚ ਮਿਸ ਪੂਜਾ ਸੀ ਇਸ ਫਿਲਮ ਦੇ ਵਿੱਚ ਹਰੀਸ਼ ਵਰਮਾ ਨੇ ਵਿਲਨ ਦਾ ਰੋਲ ਕੀਤਾ ਦੋਸਤੋ ਲੋਕਾਂ ਨੇ ਵਿਲਨ ਦਾ ਰੋਲ ਹਰੀਸ਼ ਵਰਮਾ ਦਾ ਇੰਨਾ ਜ਼ਿਆਦਾ ਪਸੰਦ ਕੀਤਾ ਕਿ ਉਹਨਾਂ ਦੀ ਪਹਿਚਾਣ ਆਪਣੀ ਪਹਿਲੀ ਫਿਲਮ ਤੋਂ ਹੀ ਬਣ ਗਈ ਸੀ ਹਾਲਾਂਕਿ ਇਹ ਪਹਿਚਾਣ ਉਹਨਾਂ ਦੀ ਇੱਕ ਨੈਗੇਟਿਵ ਰੋਲ ਕਰਕੇ ਬਣੀ ਸੀ ਉਹਨਾਂ ਦੀ ਇਸ ਭੂਮਿਕਾ ਕਰਕੇ ਉਹਨਾਂ ਨੂੰ PTC ਚੈਨਲ ਵੱਲੋਂ ਅਵਾਰਡ ਵੀ ਦਿੱਤਾ ਗਿਆ ਪਰ ਦੋਸਤੋ ਇਹ ਤਾਂ ਸਿਰਫ ਸ਼ੁਰੂਆਤ ਸੀ ਹਰੀਸ਼ ਵਰਮਾ ਨੇ ਜਿਹੜੇ ਕਾਮਯਾਬੀ ਦੇ ਝੰਡੇ ਗੱਡਣੇ ਸੀ ਉਹ ਅਜੇ ਬਾਕੀ ਸੀ 2012 ਦੇ ਵਿੱਚ ਆਈ ਉਹਨਾਂ ਦੀ ਫਿਲਮ ਯਾਰ ਅਨਮੁੱਲੇ ਜਿਸ ਨੇ ਕਿ ਸਿਰਫ ਹਰੀਸ਼ ਵਰਮਾ ਦੀ ਨਹੀਂ ਬਲਕਿ ਪੰਜਾਬੀ ਫਿਲਮ ਇੰਡਸਟਰੀ ਦੀ ਕਿਸਮਤ ਨੂੰ ਵੀ ਬਦਲ ਦਿੱਤਾ ਹਰੀਸ਼ ਵਰਮਾ ਹੁਣ ਸਟਾਰ ਬਣ ਚੁੱਕੇ ਸੀ ਬੱਚੇ ਬੱਚੇ ਦੀ ਜਵਾਨ ਦੇ ਉੱਪਰ ਹਰੀਸ਼ ਵਰਮਾ ਦਾ ਨਾਂ ਆ ਚੁੱਕਿਆ ਸੀ ਇਸ ਫਿਲਮ ਵਿਚਲੇ ਕਿਰਦਾਰ ਟੈਂਕੇ ਦੇ ਨਾਮ ਦੇ ਨਾਲ ਹਰੀਸ਼ ਵਰਮਾ ਨੂੰ ਲੋਕ ਜਾਣਨ ਲੱਗ ਪਏ ਸੀ ਇਸ ਫਿਲਮ ਤੋਂ ਬਾਅਦ ਤਾਂ ਜਿਵੇਂ ਹਰੀਸ਼ ਵਰਮਾ ਦੀ ਫਿਲਮਾਂ ਦੇ ਵਿੱਚ ਕਿਸਮਤ ਖੁੱਲ੍ਹ ਗਈ ਸੀ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹਰੀਸ਼ ਵਰਮਾ ਨੇ ਫਿਲਮਾਂ ਕੀਤੀਆਂ ਅਤੇ ਸਾਰੀਆਂ ਫਿਲਮਾਂ ਨੂੰ ਦੋਸਤੋ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਫਿਲਮ ਦੇ ਲਈ ਹਰੀਸ਼ ਵਰਮਾ ਨੂੰ ਬੈਸਟ ਐਕਟਰ ਦਾ ਅਵਾਰਡ ਦਿੱਤਾ ਇਸ ਫਿਲਮ ਤੋਂ ਬਾਅਦ ਡੈਡੀ ਕੂਲ ਮੁੰਡੇ ਫੂਲ ਬੁਰਰਾ ਵਾਪਸੀ ਰੋਂਦੇ ਸਾਰੇ ਵਿਆਹ ਪਿੱਛੋਂ ਵਿਆਹ 70 ਕਿਲੋਮੀਟਰ ਵਰਗੀਆਂ ਫਿਲਮਾਂ ਨੇ ਹਰੀਸ਼ ਵਰਮਾ ਨੂੰ ਅਜਿਹੀ ਜਗ੍ਹਾ 'ਤੇ ਖੜ੍ਹਾ ਕਰ ਦਿੱਤਾ ਜਿੱਥੋਂ ਲੱਗਦਾ ਕਿ ਹਰੀਸ਼ ਵਰਮਾ ਇੱਕ ਲੰਬੀ ਰੇਸ ਦੇ ਘੋੜੇ ਬਣ ਚੁੱਕੇ ਆ ਅਤੇ ਉਹਨਾਂ ਨੂੰ ਪੰਜਾਬੀ ਟੌਪ ਐਕਟਰਾਂ ਦੀ ਲਿਸਟ ਦੇ ਵਿੱਚ ਵੀ ਸ਼ਾਮਿਲ ਕਰ ਦਿੱਤਾ ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਹਰੀਸ਼ ਵਰਮਾ ਨੂੰ ਕੀ ਪਸੰਦ ਆ ਦੋਸਤੋ ਪੰਜਾਬੀ ਸਿੰਗਰਸ ਦੇ ਵਿੱਚੋਂ ਹਰੀਸ਼ ਵਰਮਾ ਗੁਰਦਾਸ ਮਾਨ ਸਾਹਿਬ ਨੂੰ ਆਪਣਾ ਫੇਵਰੇਟ ਸਿੰਗਰ ਮੰਨਦੇ ਆ ਉਹਨਾਂ ਦੀ ਫੇਵਰੇਟ ਪਲੇਸ ਜਿੱਥੇ ਉਹ ਅਕਸਰ ਘੁੰਮਣਾ ਪਸੰਦ ਕਰਦੇ ਆ ਉਹ ਹੈ ਦੁਬਈ ਅਤੇ ਸਿੰਗਾਪੁਰ ਉਹਨਾਂ ਦਾ ਫੇਵਰੇਟ ਫੂਡ ਹੈਗਾ ਪੰਜਾਬੀ ਫੂਡ ਸੋ ਦੋਸਤੋ ਉਮੀਦ ਆ ਕਿ ਜਿਹੜੀਆਂ ਗੱਲਾਂ ਆਪਾਂ ਪੰਜਾਬੀ ਐਕਟਰ ਹਰੀਸ਼ ਵਰਮਾ ਬਾਰੇ ਕੀਤੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਉਮੀਦ ਆ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰੋਗੇ ਅਤੇ ਹਰੀਸ਼ ਵਰਮਾ ਦੇ ਲਈ ਇਹ ਪ੍ਰੇ ਵੀ ਕਰੋਗੇ ਗੋਡ ਅੱਗੇ ਕਿ ਉਹ ਆਪਣੀਆਂ ਵਧੀਆ ਵਧੀਆ ਫਿਲਮਾਂ ਦੇ ਨਾਲ ਆਪਣਾ ਐਂਟਰਟੇਨਮੈਂਟ ਕਰਦੇ ਰਹਿਣ ਥੈਂਕ ਯੂ ਸੋ ਮੱਚ